ਦੇਖੋ ਅੱਜ ਸਵੇਰ ਤੋਂ ਹੀ ਤੁਸੀਂ ਸਾਰੇ ਖਬਰਾਂ ਸੁਣ ਰਹੇ ਹੋ ਜਿਵੇਂ ਕਿ ਅੰਮ੍ਰਿਤਪਾਲ ਆਪਾਂ ਸਾਰੇ ਹੀ ਪਹਿਲਾਂ ਹਰ ਪੋਲੀਟੀਕਲ ਪਾਰਟੀ ਨੇ ਚਾਹੇ ਉਹ ਵਿਧਾਨ ਸਭਾ 'ਚ ਹੋਏ ਚਾਹੇ ਵਿਧਾਨ ਸਭਾ ਦੇ ਬਾਹਰ ਹੋਏ ਚਾਹੇ ਉਹ ਕਾਂਗਰਸ ਹੋਏ ਅਕਾਲੀ ਦਲ ਹੋਏ ਬੀਜੇਪੀ ਹੋਏ ਬੀਐਸਪੀ ਹੋਏ ਕਾਮਰੇਡ ਹੋਣ ਸਭ ਪਾਰਟੀਆਂ ਨੇ ਆਪਾਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਸੀ ਆਪਣੇ ਦੇਸ਼ ਅਤੇ ਪੰਜਾਬ ਦੀ ਗੱਲ ਕੀਤੀ ਸੀ ਹੁਣ ਪੰਜਾਬ ਦੇ ਖਾਤਰ ਮੈਂ ਸਮਝਦਾ ਹੁਣ ਪੋਲੀਟਿਕਸ ਤੋਂ ਉੱਤੇ ਉੱਠ ਕੇ ਮੈਂ ਕਾਂਗਰਸ ਦਾ ਮੈਂ ਕਿਉਂਕਿ ਇਹ ਚੀਜ਼ਾਂ ਦੇਖ ਕੇ ਆਪਣੇ ਜਾਨ ਗਵਾਈ ਆਪਣੇ ਦਾਦਾ ਜੀ ਦੀ ਸਰਦਾਰ ਬੇਅੰਤ ਸਿੰਘ ਜੀ ਅਤੇ ਕਿੰਨੇ ਲੋਕਾਂ ਨੇ ਸ਼ਹਾਦਤ ਦਿੱਤੀ ਇਹ ਹੁਣ ਅੰਮ੍ਰਿਤਪਾਲ ਵਰਗਾ ਜਿਹੜਾ ਇਹ ਖਰਾਬ ਕਰਨ ਲੱਗਿਆ ਸੀ ਅਮਨ ਸ਼ਾਂਤੀ ਸਾਡੀ ਸਾਡੀ ਬਦਨਾਮੀ ਕਰਨ ਲੱਗਿਆ ਸਿੱਖ ਭਾਈਚਾਰੇ ਦੀ ਜੇ ਅੱਜ ਉਹਦੀ ਅਰੈਸਟ ਹੁੰਦੀ ਆ ਜਾਂ ਹੋਈ ਆ ਉਹਦੇ ਉੱਤੇ ਆਪਾਂ ਕੋਈ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੰਜਾਬ ਵਾਲਿਆਂ ਨੂੰ ਕਿਸੇ ਨੇ ਵੀ ਲਾਅ ਐਂਡ ਆਰਡਰ ਦੀ ਸਥਿਤੀ ਆਪਾਂ ਚਾਹੇ ਕੋਈ ਕਵੇ ਧਰਨੇ ਕੋਈ ਮੁਜ਼ਾਹਰੇ ਕਿਉਂਕਿ ਸਭ ਦੀ ਆਪਣੀ ਚਾਹੇ ਪੋਲੀਟੀਕਲ ਪਾਰਟੀਆਂ ਵੀ ਕਿਸੇ ਨੂੰ ਵੀ ਇਹ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਇਸ ਵੇਲੇ ਸਰਕਾਰ ਕੋਈ ਹੋਵੇ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਅਤੇ ਜਿਹੜਾ ਸਰਕਾਰ ਨੂੰ ਆਪਾਂ ਕਹਿੰਦੇ ਸੀ ਰੋਜ਼ ਵੀ ਫੈਸਲਾ ਲਓ ਉਹ ਮੁੱਖ ਮੰਤਰੀ ਮੈਂ ਸਮਝਦਾ ਭਗਵੰਤ ਮਾਨ ਸਾਹਿਬ ਉਹਨਾਂ ਦੀ ਸਰਕਾਰ ਨੇ ਫੈਸਲਾ ਲਿਆ ਹੈ ਇਹ ਫੈਸਲੇ ਦਾ ਆਪਾਂ ਸਾਥ ਦਈਏ ਕਿਉਂਕਿ ਇਹ ਫੈਸਲਾ ਇੱਕ ਆਪਣੇ ਦੇਸ਼ ਹਿੱਤ 'ਚ ਆ ਅਤੇ ਪਾਕਿਸਤਾਨ ਵਰਗੇ ਦੇ ਹਿੱਤ 'ਚ ਥੋੜ੍ਹੀ ਖੜ੍ਹੇ ਹੋਣਾ ਇਸ ਕਰਕੇ ਉਹ ਤੋੜਨ ਆਏ ਸੀ ਤੋੜਨ ਦਾ ਮਨਸੂਬਾ ਲੈ ਕੇ ਆਏ ਸੀ ਅਤੇ ਸਭ ਨੇ ਆਪਾਂ ਆਵਾਜ਼ ਉਠਾਈ ਅਤੇ ਅੱਜ ਉਹ ਚੀਜ਼ ਹੋ ਰਹੀ ਆ ਅਤੇ ਆਪਾਂ ਕਿਸੇ ਨੇ ਵੀ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਮੈਂ ਦੇਖਿਆ ਖੂਨ ਡੁੱਲਦਾ ਵੀ ਇਹ ਉਹੀ ਖੂਨ ਦੁਆਰਾ ਪੰਜਾਬ ਦਾ ਡੋਲਣਾ ਚਾਹੁੰਦਾ ਸੀ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਉਹੀ ਹਾਲਾਤ ਜਿਹੜੇ AK-47 ਦੇ ਬਣਾਉਣਾ ਚਾਹੁੰਦਾ ਸੀ ਅੱਜ ਸਰਕਾਰ ਉਹਨੂੰ ਰੋਕ ਰਹੀ ਆ ਪੁਲਿਸ ਉਹਨੂੰ ਰੋਕ ਰਹੀ ਆ ਅਤੇ ਆਪਾਂ ਉਹਨਾਂ ਦਾ ਸਾਥ ਦੇਣਾ ਪੰਜਾਬ 'ਚ ਅਮਨ ਸ਼ਾਂਤੀ ਰੱਖਣੀ ਆ ਇੱਦੋਂ ਵੱਧ ਮੇਰੀ ਹੋਰ ਕੋਈ ਨਹੀਂ ਇਹਦੇ ਵਿੱਚ ਕੋਈ ਸਿਆਸਤ ਨਹੀਂ ਕੋਈ ਕੁਛ ਨਹੀਂ ਮੈਨੂੰ ਉਮੀਦ ਆ ਤੁਸੀਂ ਸਾਰੇ ਪੋਲੀਟੀਕਲ ਪਾਰਟੀ ਅਤੇ ਸਾਰੇ ਪੰਜਾਬ ਦੇ ਲੋਕ ਇਹ ਅਪੀਲ ਨੂੰ ਹੱਥ ਜੋੜ ਕੇ ਮੈਂ ਚਰਨਾਂ 'ਚ ਬੇਨਤੀ ਕਰਦਾ ਵੀ ਆਪਾਂ ਇਹ ਸ਼ਾਂਤੀ ਬਣਾ ਕੇ ਰੱਖਣਾ ਪੀਸ ਬਣਾ ਕੇ ਰੱਖਣਾ ਧੰਨਵਾਦ।